ਸਰਾਂ ਦੀ ਸਾਰਿਆਂ ਸੱਜਣਾ ਨੇ ਦੱਸਿਆ ਕਿ ਮੇਰੇ ਬਹਿਣ ਦੇ ਜੀਵਨ ਬਾਰੇ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਦੇ ਪਿਆਰ ਦੇ ਵਿੱਚ ਇੱਕ ਭੋਜਨ ਤਿਆਰ ਕੀਤਾ ਗਿਆ ਹੈ, ਉਹਨੂੰ ਸ਼ਰਧਾ ਦੇ ਨਾਲ ਸਵੀਕਾਰ ਕਰਨਾ। ਅਸੀਂ ਪਹਿਲ ਪਰਿਵਾਰ ਵੱਲੋਂ ਸਾਰੇ ਸੱਜਣਾਂ ਮਿੱਤਰਾਂ ਅਤੇ ਸਾਰੇ ਰਾਜਨੀਤਿਕ ਪਾਰਟੀਆਂ ਦਾ ਇੱਥੇ ਆਉਣ 'ਤੇ ਤਹਿ ਦਿਲ ਤੋਂ ਸਤਿਕਾਰ ਕਰਦੇ ਹਾਂ। ਧੰਨਵਾਦ। ਸ਼੍ਰੀ ਪ੍ਰਬੋਧ ਚੰਦਰ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਲੋਕ ਚਾਚਾ ਬਹਿਲ ਕਰਕੇ ਜਾਣਦੇ ਸੀ, ਉਹ ਇੱਕ ਪੰਜਾਬ ਦੇ ਸੱਚੇ ਸੁੱਚੇ ਸਮਾਜ ਸੇਵਕ ਸਨ, ਜਿਨ੍ਹਾਂ ਦੇ ਜਾਣ ਦੇ ਨਾਲ ਜਿੱਥੇ ਉਹਨਾਂ ਦੇ ਸੱਜਣਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਘਾਟਾ ਪਿਆ ਹੈ, ਉਹਦੇ ਨਾਲ ਬਟਾਲੇ ਦੇ ਸਮੂਹ ਲੋਕਾਂ ਨੂੰ ਬਹੁਤ ਜ਼ਬਰਦਸਤ ਘਾਟਾ ਪਿਆ ਹੈ। ਲਾ ਲਓ ਮੇਰਾ ਬੱਚਾ, ਲਾ ਲਓ ਛੋਟਾ ਭਰਾ, ਲਾ ਲਓ ਮੇਰੀ ਮੁਰਾਦ ਸਰਦਾਰ ਨਵਤੇਜ ਸਿੰਘ ਜੀ ਗੁੱਗੂ, ਇਹ ਚਾਚੇ ਦਾ ਕੋਈ ਵੀ ਬੰਦੇ ਨੂੰ ਕੋਈ ਵੀ ਕੰਮ ਪਏਗਾ ਇਹ ਨਵਤੇਜ ਸਿੰਘ ਗੁੱਗੂ ਉਹਦੀ ਜ਼ਿੰਮੇਵਾਰੀ ਲੈਣਗੇ, ਉਹ ਗਰੀਬ ਗੁਰਬਿਆਂ ਦੀ ਮਦਦ ਇਹ ਮੇਰਾ ਨਵਤੇਜ ਗੁੱਗੂ ਕਰੇਗਾ ਜੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਇੱਕ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਪਹਿਲ ਪਰਿਵਾਰ ਦੇ ਨਾਲ ਇਸ ਸ਼ੋਕ ਦੀ ਘੜੀ ਦੇ ਵਿੱਚ ਆ ਕੇ ਖੜ੍ਹੇ ਹੋਏ ਨੇ। ਚਾਚਾ ਜੀ ਕਹਿੰਦਾ ਸੀਗਾ ਅੱਜ ਉਹਨਾਂ ਨੂੰ ਇਸ ਕਰਕੇ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਜਦੋਂ ਵੀ ਕੀਤਾ ਹੈ ਕੋਈ ਕੰਮ, ਨੇਕ ਕੰਮ ਕੀਤਾ, ਉਹਨਾਂ 'ਤੇ ਕਿਸੇ ਪਾਰਟੀ ਦਾ ਪ੍ਰਭਾਵ ਨਹੀਂ ਸੀਗਾ, ਕਿਸੇ ਬੰਦੇ ਦਾ ਕੋਈ ਪ੍ਰਭਾਵ ਨਹੀਂ ਸੀਗਾ। ਜਦੋਂ ਉਹਨਾਂ ਕੋਲ ਕੋਈ ਬੰਦਾ ਚਲਾ ਜਾਂਦਾ ਸੀਗਾ ਉਹਨਾਂ ਨੇ ਠੋਕ ਵਜਾ ਕੇ ਉਹਦੀ ਮਦਦ ਕੀਤੀ ਹੈ। ਹਰ ਮਾੜੇ ਬੰਦੇ ਦੀ ਪਹੁੰਚ ਲੀਡਰਾਂ ਤੱਕ ਨਹੀਂ ਹੁੰਦੀ, ਹਰ ਮਾੜੇ ਬੰਦੇ ਦੀ ਪਹੁੰਚ ਉੱਪਰ ਤੱਕ ਨਹੀਂ ਹੁੰਦੀ, ਉਹ ਪਹੁੰਚ ਚਾਚਾ ਜੀ ਤੱਕ ਸੀਗੀ। ਚਾਚਾ ਜੀ ਦੇ ਦੁਆਰ ਹਰ ਮਾੜੇ ਬੰਦੇ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਸੀਗੇ, ਇਹ ਅਸੀਂ ਉੱਥੇ ਬੈਠ ਕੇ ਦੇਖਿਆ। ਜਦੋਂ ਕਿਤੋਂ ਜਦੋਂ ਕਦੀ ਵੀ ਅਸੀਂ ਮਹੀਨਾ ਹੋ ਜਾਣਾ ਉੱਥੇ ਨਹੀਂ ਗਏ, ਆਪੇ ਚਾਚਾ ਜੀ ਦਾ ਫੋਨ ਆ ਜਾਣਾ, ਕੀ ਗੱਲ ਪੁੱਤਰਾ ਕੀ ਗੱਲ। ਇਸ ਕਰਕੇ ਚਾਚਾ ਜੀ ਨੂੰ ਨਹੀਂ ਭੁੱਲਿਆ ਜਾਏਗਾ, ਉਹ ਸਾਡੇ ਦਿਲਾਂ ਦੇ ਵਿੱਚ ਵੱਸਦੇ ਨੇ ਅਤੇ ਹਮੇਸ਼ਾ ਹੀ ਯਾਦ ਕੀਤੇ ਜਾਣਗੇ। ਅਤੇ ਉਹਨਾਂ ਦੇ ਜਿਹੜੇ ਚੰਗੇ ਕੰਮ ਹੈ ਉਹਨਾਂ ਕੋਲ ਬਹਿ ਕੇ ਜੋ ਚੰਗੇ ਕੰਮ ਕੀਤੇ, ਚੰਗੇ ਕੰਮ ਕਰਦੇ ਰਹੇ ਨੇ, ਚੰਗੇ ਕੰਮ ਜੋ ਕਰਨ ਲਈ ਆਪਾਂ ਸਿੱਖਿਆ ਲਈ ਹੈ ਅਤੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਅਤੇ ਇੱਦਾਂ ਹੀ ਕੰਮ ਕਰਦੇ ਰਹੀਏ। ਜੈ ਹਿੰਦ, ਜੈ ਮਾਤਾ ਦੀ।
ਪਰਿਵਾਰ ਨੇ ਇੰਨੀ ਸੇਵਾ ਕੀਤੀ, ਇੰਨੀ ਭਰਾਵਾਂ ਨੇ ਸੇਵਾ ਕੀਤੀ ਆ, ਕਿਸੇ ਤਰ੍ਹਾਂ ਦੀ ਉਹਨਾਂ ਆਪਣੇ ਘਰ ਬਾਰ ਵੱਲ ਕਾਹੇ ਵੱਲ ਪੈਸੇ ਵੱਲ ਨਹੀਂ ਦੇਖਿਆ, ਇੰਨੀ ਸੇਵਾ ਕੀਤੀ ਉਹਨਾਂ ਨੇ। ਮੈਂ ਹੈਰਾਨ ਸੀ ਲਾਈਫ ਦੇ ਵਿੱਚ, ਆਪਣੀ ਸੋਸ਼ਲ ਸਮਾਜ ਪੋਲੀਟੀਕਲ ਲਾਈਫ ਦੇ ਵਿੱਚ ਕਿਸੇ ਵਿਅਕਤੀ ਨੂੰ, ਕਿਸੇ ਸ਼ਹਿਰੀ ਨੂੰ, ਕਿਸੇ ਪਿੰਡ ਵਾਲੇ ਭਰਾ ਨੂੰ ਕਦੇ ਰਾਜ ਨਾ ਕੀਤਾ ਲਾਈਫ ਦੇ ਵਿੱਚ ਉਹਨਾਂ। ਮੈਨੂੰ ਪਤਾ ਹੈ ਬਹੁ ਜਿੱਦੀ ਸੀ ਅਤੇ ਉਹ ਸੱਜੀ ਬਾਂਹ ਸਨ, ਸਾਰੇ ਪਰਿਵਾਰ ਦੇ ਨਾਲ ਜਿੱਦਾਂ ਰਹੇ ਨੇ, ਬਹੁ ਜੀ ਉਹਨਾਂ ਦਾ ਬਹੁਤ ਮਾਣ। ਔਰ ਜਿਹੜੇ ਜਿਹੜੇ ਮੈਨੂੰ ਪਤਾ ਫਤਿਹ ਬਾਜਵਾ ਜੀ ਦਾ, ਪ੍ਰਤਾਪ ਬਾਜਵਾ ਜੀ ਦਾ ਫੋਨ ਆਇਆ, ਉਹਨਾਂ ਦੇ ਸਮਾਜ ਉਹਨਾਂ ਨੇ ਆਉਣਾ ਵੀ ਆ, ਵੀ ਇੰਨਾ ਪਿਆਰ ਕਰਦੇ ਸੀ ਵੀ ਕਿਤੇ ਬਟਾਲੇ ਜਾਣ ਅਤੇ ਬਹਿ ਸਾਨੂੰ ਯਾਦ ਕਰਨਾ ਹੀ ਹੈ ਕਿੱਥੇ ਬੈਠੇ ਨੇ। ਮਾਤਾ ਜੀ ਨੇ ਚਾਚਾ ਬਹਿਰਾ ਜੀ ਕੋਲ ਜਾਣਾ ਔਰ ਉਹਨਾਂ ਨੇ
क्योंकि रात में योगना की लोड़ होती है। इसके लिए चंगे लोग ने वो कई बार से देखे कि पहला चले आने के शायद रात में योगना की लोड़ होती है। सो इसके नाम की मैं चरण स्वागत कर रहा हूँ और हमेशा चाचा जी हमेशा ही सारे असी हर साल आपकी जो संस्था है अपना क्लब है अपने क्लब हर साल उन्होंने श्रद्धांजलि देते फुल वो दया करेंगे क्योंकि एक सब खास गल है कि उन्हें कभी भी किसी भाईचारे हर भाईचारे पास में चलाया कोई भेदभाव नहीं किसी न सारे ही एक समान समझते सन और यही उन्होंने सब तो बड़ी शख्सियत सी। सो इसके नाल चरण समाप्त करता हाँ जी वाहेगुरु जी का खालसा वाहेगुरु जी की बाणी वाण के ਅਸੀਂ ਦੁੱਖੀ ਘੜੇ ਵਿੱਚ ਅਸੀਂ ਜਿੱਥੇ ਤੁਹਾਨੂੰ ਬਟਾਲਾ ਵਾਸੀਆਂ ਨੂੰ ਇਸ ਗੱਲ ਦੀ ਘਾਟ
ਜਿਸ ਤਰ੍ਹਾਂ ਬੜੇ ਨੇ ਦੱਸਿਆ
ਸੱਜਣਾਂ ਨੇ ਦੱਸਿਆ ਕਿ ਮੇਰੇ ਬਹਿਲ ਦੇ ਜੀਵਨ ਬਾਰੇ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਦੇ ਪਿਆਰ ਦੇ ਵਿੱਚ ਇੱਕ ਭੋਜਨ ਤਿਆਰ ਕੀਤਾ ਗਿਆ ਹੈ, ਉਹਨੂੰ ਸ਼ਰਧਾ ਦੇ ਨਾਲ ਸਵੀਕਾਰ ਕਰਨਾ। ਅਸੀਂ ਬਹਿਲ ਪਰਿਵਾਰ ਵੱਲੋਂ ਸਾਰੇ ਸੱਜਣਾਂ ਮਿੱਤਰਾਂ ਅਤੇ ਸਾਰੇ ਰਾਜਨੀਤਿਕ ਪਾਰਟੀਆਂ ਦਾ ਇੱਥੇ ਆਉਣ 'ਤੇ ਤਹਿ ਦਿਲ ਤੋਂ ਸਤਿਕਾਰ ਕਰਦੇ ਹਾਂ। ਧੰਨਵਾਦ। ਉਹਨੇ ਕੋਈ ਨਹੀਂ ਉੱਥੇ ਚਲਤੀ ਉਹ ਕੋਈ ਨਹੀਂ ਹਾਂਜੀ, ਅੱਜ ਬਟਾਲਾ ਵਿਖੇ ਸ਼੍ਰੀ ਪ੍ਰਮੋਦ ਬਹਿਲ ਜੀ ਜੋ ਕਿ ਕਾਰ ਚਲਾਉਣਾ ਕਰ ਗਏ ਹਨ, ਔਰ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਹਨ, ਔਰ ਜੋ ਇੱਕ ਬਟਾਲੇ ਦੀ ਸਭ ਤੋਂ ਜੋ ਇੱਕ ਉੱਚੀ ਮੰਨੀ ਜਾਣ ਵਾਲੀ ਸ਼ਖਸੀਅਤ ਸੀ, ਸਭ ਤੋਂ ਮਜ਼ਬੂਤ ਸਿਆਸਤ ਦਾ ਥੰਮ ਔਰ ਗਰੀਬ ਬੇਸਹਾਰਾ ਲੋੜਵੰਦ ਲੋਕਾਂ ਦਾ ਸਹਾਰਾ ਚਾਚਾ ਬਹਿਲ, ਜਿਸ ਨੂੰ ਪਿਆਰ ਦੇ ਨਾਲ ਚਾਚਾ ਬਹਿਲ, ਸਾਰਾ ਬਟਾਲਾ ਉਹਨਾਂ ਨੂੰ ਆਪਣਾ ਚਾਚਾ ਬਹਿਲ ਕਹਿ ਕੇ ਹੀ ਇਹ ਬੁਲਾਉਂਦੇ ਸਨ, ਔਰ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ। ਔਰ ਇੱਥੇ ਸ਼੍ਰੀ ਦਰੇਸ ਧਾਮੀ ਜੀ ਲਾਡੂ ਪ੍ਰਧਾਨ ਆਏ ਨੇ, ਔਰ ਜਿਵੇਂ ਉਹਨਾਂ ਦੇ ਬ੍ਰਦਰ ਪਰਿਵਾਰਕ ਮੈਂਬਰ ਆਏ ਨੇ, ਬਾਂਸਲ ਸਾਹਿਬ ਆਏ ਨੇ, ਔਰ ਸਾਰੇ ਹੀ ਅਸੀਂ ਜੋ ਸਾਡੀ ਇੱਕ ਸਭ ਦਾ ਭਲਾ ਹਿਊਮੈਨਿਟੀ ਕਲੱਬ ਅਸੀਂ ਚਲਾਉਂਦੇ ਹਾਂ, ਵਰਲਡ ਵਾਈਡ ਚੈਰਿਟੀ, ਔਰ ਸਾਨੂੰ ਵੀ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਰਿਹਾ ਹੈ। ਹਮੇਸ਼ਾ ਹੀ ਜਦੋਂ ਵੀ ਕਿਤੇ ਕਿਸੇ ਗਰੀਬ 'ਤੇ ਭੀੜ ਪੈਂਦੀ ਸੀ ਤਾਂ ਉਹ ਹਮੇਸ਼ਾ ਹੀ ਸਾਥ ਦਿੰਦੇ ਸਨ, ਔਰ ਅਸੀਂ ਹਮੇਸ਼ਾ ਹਰ ਸਾਲ ਆਪਣਾ ਸਾਰੇ ਬਟਾਲਾ ਵਾਸੀ ਲੋਕ ਇਕੱਠੇ ਹੋ ਕੇ, ਸਾਰੇ ਸਮਾਜ ਸੇਵਕ ਜਿਹੜੇ ਲੋਕ ਨੇ ਇਕੱਠੇ ਹੋ ਕੇ, ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਹਮੇਸ਼ਾ ਦਿੰਦੇ ਰਹਾਂਗੇ, ਔਰ ਇਹ ਬਟਾਲੇ ਸ਼ਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਹੈ ਉਹ ਪਿਆ ਹੈ, ਖਾਸ ਕਰਕੇ ਇੱਕ ਗਰੀਬਾਂ ਦਾ ਜਿਹੜਾ ਸਹਾਰਾ ਹੈ ਉਹ ਉੱਠ ਚੁੱਕਾ ਹੈ, ਪਰ ਫਿਰ ਵੀ ਜੋ ਦਿਲ ਵਿੱਚ ਚਾਚਾ ਜੀ ਹਮੇਸ਼ਾ ਹੀ ਖੜੇ ਰਹਿਣਗੇ। ਔਰ ਨਰੇਸ਼ ਧਾਮੀ ਜੀ ਅੰਮ੍ਰਿਤਸਰੋਂ ਉਚੇਚੇ ਤੌਰ 'ਤੇ ਆਏ ਨੇ, ਇਸ ਗੱਲ ਕੀਤੀ ਹੈ, ਔਰ ਇਹ ਵੀ ਆਪਣੇ ਕੁਝ ਵਿਚਾਰ ਜੋ ਲਾ ਦਿਓ। ਪਿਛਲੇ ਦਿਨੀ ਸ਼੍ਰੀ ਪ੍ਰਬੋਧ ਚੰਦਰ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਲੋਕ ਚਾਚਾ ਬਹਿਲ ਕਰਕੇ ਜਾਣਦੇ ਸੀ, ਉਹ ਇੱਕ ਪੰਜਾਬ ਦੇ ਸੱਚੇ ਸੁੱਚੇ ਸਮਾਜ ਸੇਵਕ ਸਨ, ਜਿਨ੍ਹਾਂ ਦੇ ਜਾਣ ਦੇ ਨਾਲ ਜਿੱਥੇ ਉਹਨਾਂ ਦੇ ਸੱਜਣਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਘਾਟਾ ਪਿਆ ਹੈ, ਉਹਦੇ ਨਾਲ ਬਟਾਲੇ ਦੇ ਸਮੂਹ ਲੋਕਾਂ ਨੂੰ ਬਹੁਤ ਜ਼ਬਰਦਸਤ ਘਾਟਾ ਪਿਆ ਹੈ। ਉਹ ਇੱਕ ਨਿਸਵਾਰਥ ਸਮਾਜ ਸੇਵਕ ਸਨ, ਵਕਤ ਤੋਂ ਪਹਿਲੇ ਚਲੇ ਗਏ ਨੇ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅੱਜ ਜ਼ਮਾਨੇ ਦੇ ਵਿੱਚ, ਕਲਯੁੱਗ ਦੇ ਪੈਰ ਦੇ ਵਿੱਚ ਲੋਕ ਆਪਣੇ ਸਵਾਰਥ ਕਰਕੇ ਲੋਕਾਂ ਦੀ ਮਦਦ ਕਰਦੇ ਨੇ, ਪਰ ਕਲਯੁੱਗ ਦੇ ਪੈਰ ਦੇ ਵਿੱਚ
एक चाचा बैल सी जेड़ा कि बिना किसी लालच तो बिना किसी गल तो गरीब गुरबे की मदद करते सी। जिथे मैं धम्मी परिवार वालों श्रद्धा के फुल भेट करदा उत्थे ही अपनी पार्टी पंजाब ब्राह्मण कल्याण मंच पंजाब वालों श्रद्धा के फुल भेट करदा। जेड़ी कमी जेडे उन्होंने अधूरे काम रह गए ने जेडे लोग हित दे विच जेडे वो काम करते सन मैं तुहानू आश्वासन दवाना हाँ सारे बटाला निवासियों जिस तरह चाचा बैल जी लोगों के सुख दुख दे विच खलोंदे सी उन्होंने असी वापस तो नहीं लिया सकते, पर उम्मीद करांगा वे मेरा भतीजा ला लो मेरा बच्चा ला लो छोटा भरा ला लो मेरी मुराद सरदार नवतेज सिंह जी गुगू ये चाचे का कोई भी बंदे नू कोई भी काम पेगा ये नवतेज सिंह गुगू और जिम्मेवारी लैन गए वो गरीब गुरबिया की मदद ये मेरा नवतेज गुगू करेगा जी। इन्हों शब्दों के नाल मैं श्रद्धा के फुल भेट करता हाँ। एक नाल बच्चा सागर जिन्हें कि चाचा जी की बहुत सेवा की बहुत सेवा की अज जिथे परिवारक लोगों को दुख है उत्थे इस सागर नू पता नहीं किड्डा क वड्डा दुख है जी। मैं गुगू जी नू कहांगा भी अपना मेहर भरिया हाथ ये छोटे वीर सागर ते भी रखन समाज सेवा तो साडा घट गया पर परमात्मा दे अगे दुआ करांगा हे परमात्मा हे वाहगुरु गुगू जी नू सेहत बख्शी तंदुरुस्ती रखी ता कि चाचे पहल के जेडे काम ने वो गुगू जी कर सकन। वाहगुरु जी का खालसा वाहगुरु जी की फतेह। मेरा ब्रदर प्रबोध बैल जो कि अंत तक समाज की सेवा करके अज उन्होंने लास्ट श्रद्धांजलि असं उन्होंने दे रहे हैं और समाज जरा सारा निजी तौर पर उन्होंने अज उन्होंने श्रद्धांजलि देन आया और उन्हें भी अपनी अंतक जो लाइफ हैगी जिंदगी की समाज सेवा भी गुजारी है। तो मैं जिन्हें भी मेरे सज्जन मित्र धियां भैन जो भी इतने आई ने उन्होंने मैं धन्यवाद करना परमात्मा अगर अरदास करना मेरे छोटे वीर ने अपने स्वर्ग चरणा नवास देना तो उसका सानू भाला बख्शन का बल देना। ताइयों थोड़ हुंदी है नेक इंसाना की ताइयों थोड़ हुंदी है क्योंकि रब नूं ही उहनां दी लोड़ हुंदी है। इत्थे आई हुई संगत का मैं धन्यवाद करदा हाँ जो बैल परिवार के नाल इस शोक की घड़ी दे विच आ के खड़े हुए हैं। भीमा बैल शहरी चाचा जी कहिंदा सीगा अज उन्हां नूं इस करके याद किया जा रहा है क्योंकि उन्होंने जदों भी किया है कोई काम नेक काम किया है उन्हां ते किसी पार्टी का प्रभाव नहीं सीगा किसी बंदे का कोई प्रभाव नहीं सीगा। जदों उन्हां कोई बंदा चला जांदा सीगा उन्होंने ठोक बजा के उहदी मदद की है। हर माड़े बंदे की पहुँच लीडरां तक नहीं हुंदी हर माड़े बंदे की पहुँच उपर तक नहीं हुंदी वो पहुँच चाचा जी तक सीगी। चाचा जी के द्वार हर माड़े बंदे लिए हमेशा खुले रहिंदे सीगे ये असी उत्थे बैठ के देखिया। जदों कितों जदों कदी भी असी महीना हो जाना उत्थे नहीं गए आपे चाचा जी का फोन आया ना की गल पुत्रा की गल। इस करके चाचा जी नू नहीं भुलिया जाएगा वो साडे दिलों के विच वसदे ने ते हमेशा ही याद किए जाएंगे ते उन्हां दे जड़े चंगे काम है उन्हां को बह के जो चंगे काम करते रहे ने चंगे काम जो करन लई आपां सिख्या लई है ते वो भी असीं कोशिश करांगे ते इदां ही काम करते रहिए। जय हिंद जय माता दी। खाना खाकर जाना जी।